ਪ੍ਰਭੂ ਤੇਰਾ ਉਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ, ਇਕੱਲੇ ਇਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਜੋ ਕੀਤਾ ਕਰਾਇਆ ਖਾਧਾ ਖਵਾਇਆ ਬਾਹਰ ਆਵੇ ਜਿਹਦੇ ਹਜੇ ਵੀ ਅੰਦਰ ਹੈ, ਅਜੋ ਬਾਹਰ ਆਵੇ ਜਿਹਦੇ ਵੀ ਅੰਦਰ ਹੈ, ਅਜੋ ਬਾਹਰ ਆਵੇ ਜਾਦੂ ਟੂਣਾ, ਉਹ ਜਿੱਧਰੋਂ ਆਇਆ ਉੱਧਰ ਹੀ ਮੁੜੇ ਜਿਹੜੇ ਜਾਦੂ ਟੂਣਾ ਆਇਆ ਵੇ, ਉਹ ਜਿੱਧਰੋਂ ਆਇਆ ਜੋ ਉੱਧਰ ਹੀ ਮੁੜੇ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਜੋ ਆਜ਼ਾਦ ਹੋ ਜਾਵੇ, ਜਿਹਨਾਂ 'ਚ ਜਾਦੂ ਟੂਣਾ 'ਚ ਨਿਕਲ ਜਾਵੇ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਉਹ ਜਿੱਧਰੋਂ ਆਇਆ ਜੋ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਵੇ, ਅੱਜ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਵੇ ਮਹਾਂ ਸਾਮਰਤ ਦੇ ਨਾਲ। ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਸੀਂ ਹਰ ਇੱਕ ਜਾਦੂ ਟੂਣੇ ਤੋਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਹਾਡੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਗਈ ਹੈ ਪ੍ਰਭੂ ਯਿਸੂ ਦੇ ਨਾਲ, ਅੱਜ ਤੁਹਾਡੇ ਬੰਧਨ ਟੁੱਟ ਚੁੱਕੇ ਆ ਪ੍ਰਭੂ ਜੀ। ਮੇਰੇ ਪਿਤਾ ਪਰਮੇਸ਼ਵਰ ਜੀ, ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਵਰ ਜੀ, ਤੇਰਾ ਧੰਨਵਾਦ ਹੋ ਪ੍ਰਭੂ, ਸਿੰਘਾਸਨ 'ਤੇ ਵਿਰਾਜਮਾਨ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ, ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ, ਧੰਨਵਾਦ ਹੋ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਹਾਂ, ਤੇਰਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ, ਤੇਰਾ ਸਵਾਗਤ ਕਰਦੇ ਹਾਂ, ਪੂਰੇ ਬਲ ਦੇ ਨਾਲ ਪਰਮੇਸ਼ਵਰ ਦਾ ਸਵਾਗਤ ਕਰੋ, ਆਪਣੇ ਬੱਚਿਆਂ ਦੀ ਜ਼ਿੰਦਗੀ 'ਚ ਕਰੋ, ਆਪਣੇ ਘਰਾਂ ਦੇ ਵਿੱਚ ਕਰੋ, ਸਵਾਗਤ ਕਰੋ ਪਰਮੇਸ਼ਵਰ ਦਾ ਹੈ ਮੇਰੇ ਪਿਤਾ ਪਰਮੇਸ਼ਵਰ ਜੀ, ਤੇਰਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ, ਇਹ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਹਾਂ, ਤੇਰਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ, ਤੇਰਾ ਸਵਾਗਤ ਕਰਦੇ ਹਾਂ, ਤੇਰਾ ਸਵਾਗਤ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਤੇਰਾ ਸਵਾਗਤ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਦੇਖੋ ਮੇਰੇ ਪਿਤਾ ਪਰਮੇਸ਼ਵਰ ਆਪਦੀ ਕਲੀਸੀਆ ਨੂੰ, ਦੇਖੋ ਮੇਰੇ ਪਿਤਾ ਪਰਮੇਸ਼ਵਰ ਜੀ, ਪ੍ਰਭੂ ਤੇਰਾ ਉਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ, ਇਕੱਲੇ ਇਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਇਹ ਤੇਰੇ ਚੁਣੇ ਹੋਏ ਬੱਚੇ ਆ ਪ੍ਰਭੂ ਜੀ, ਇਹ ਤੇਰੇ ਚੁਣੇ ਹੋਏ ਬੱਚੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਇਕੱਲੇ ਇਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਪ੍ਰਭੂ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਪ੍ਰਭੂ ਅੱਜ ਛੁਟਕਾਰਾ ਸਭਾ ਸੀ ਪ੍ਰਭੂ, ਅੱਜ ਪਰਿਵਾਰਾਂ ਦੀ ਛੁਟਕਾਰਾ ਸਭਾ ਸੀ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਹਰ ਇੱਕ ਨੂੰ ਛੁਟਕਾਰਾ ਮਿਲ ਚੁੱਕਾ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਗਰੀਬੀ ਦੇ ਬੰਧਨਾਂ ਤੋਂ ਆਜ਼ਾਦ ਹੋ ਚੁੱਕੇ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਹਰ ਇੱਕ ਨਸਰਾਫ ਟੁੱਟ ਚੁੱਕੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਇਹਨਾਂ ਦਾ ਛੁਟਕਾਰਾ ਹੋ ਚੁੱਕਾ ਵਾ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਸਦਾ ਦਾ ਛੁਟਕਾਰਾ ਹੋ ਚੁੱਕਾ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਪ੍ਰਭੂ, ਜਿਹੜੇ ਰੋਂਦੇ ਆਏ ਸੀ ਪ੍ਰਭੂ ਜੀ, ਅਜੇ ਹੱਸਦੇ ਘਰਾਂ ਨੂੰ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ, ਅਜੇ ਹੱਸਦੇ ਜਾਣ ਘਰਾਂ ਨੂੰ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਇਹਨਾਂ ਦੇ ਬੰਧਨ ਟੁੱਟ ਚੁੱਕੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਜੋ ਸਾਲੋਂ ਪੁਰਾਣੇ ਇਹਨਾਂ ਦੇ ਬੰਧਨ ਸੀ ਅੱਜ ਉਹ ਟੁੱਟ ਚੁੱਕੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਅੱਜ ਉਹ ਟੁੱਟ ਚੁੱਕੇ ਆ ਪ੍ਰਭੂ ਦੇ ਯਿਸੂ ਦੇ ਨਾਂ ਦੇ ਵਿੱਚ, ਅੱਜ ਉਹ ਟੁੱਟ ਚੁੱਕੇ ਆ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਛੂਲੋ ਮੇਰੇ ਪਿਤਾ ਪਰਮੇਸ਼ਵਰ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਪ੍ਰਭੂ ਇਹਨਾਂ ਦੇ ਪੇਟ ਨੂੰ ਛੂਓ ਪ੍ਰਭੂ ਜੀ, ਇਹਨਾਂ ਦੇ ਪੇਟ ਨੂੰ ਛੂਓ ਮੇਰੇ ਪਿਤਾ ਪਰਮੇਸ਼ਵਰ ਜੀ, ਛੂਲੋ ਮੇਰੇ ਪਿਤਾ ਪਰਮੇਸ਼ਵਰ ਜੀ, ਜੋ ਕੀਤਾ ਕਰਾਇਆ ਖਾਧਾ ਖਵਾਇਆ ਬਾਹਰ ਆਵੇ ਜਿਹਦੇ ਹਜੇ ਵੀ ਅੰਦਰ ਹੈ, ਅਜੋ ਬਾਹਰ ਆਵੇ ਜਿਹਦੇ ਵੀ ਅੰਦਰ ਹੈ, ਅਜੋ ਬਾਹਰ ਆਵੇ ਜਾਦੂ ਟੂਣਾ, ਉਹ ਜਿੱਧਰੋਂ ਆਇਆ ਉੱਧਰ ਹੀ ਮੁੜੇ ਜਿਹੜਾ ਜਾਦੂ ਟੂਣਾ ਆਇਆ ਵੇ, ਉਹ ਜਿੱਧਰੋਂ ਆਇਆ ਜੋ ਉੱਧਰ ਹੀ ਮੁੜੇ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਜੋ ਆਜ਼ਾਦ ਹੋ ਜਾਵੇ, ਜਿਹਨਾਂ 'ਚ ਜਾਦੂ ਟੂਣਾ 'ਚ ਨਿਕਲ ਜਾਵੇ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਉਹ ਜਿੱਧਰੋਂ ਆਇਆ ਜੋ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾ
ਜਾਵੇ, ਅੱਜ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਵੇ ਮਹਾਸਾਮਰਥ ਦੇ ਨਾਲ। ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਸੀਂ ਹਰ ਇੱਕ ਜਾਦੂ ਟੂਣੇ ਤੋਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਹਾਡੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਗਈ ਆ ਪ੍ਰਭੂ ਯਿਸੂ ਦੇ ਨਾਲ, ਅੱਜ ਤੁਹਾਡੇ ਬੰਧਨ ਟੁੱਟ ਚੁੱਕੇ ਆ ਪ੍ਰਭੂ ਯਿਸੂ ਦੇ ਨਾਲ, ਜੋ ਸ਼ੈਤਾਨ ਨੇ ਰਸਤੇ ਬੰਦ ਕੀਤੇ ਅੱਜ ਖੁੱਲ੍ਹ ਚੁੱਕੇ ਆ ਪ੍ਰਭੂ ਯਿਸੂ ਦੇ ਨਾਲ, ਅੱਜ ਤੁਹਾਡੇ ਬੱਚੇ ਆਗਿਆਕਾਰ ਬਣ ਚੁੱਕੇ ਹੈ, ਅੱਜ ਤੁਹਾਡਾ ਨਸ਼ਾ ਦੁਸ਼ਟ ਆਤਮਾ ਛੱਡ ਕੇ ਜਾ ਚੁੱਕਿਆ ਵੈ, ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਹਾਡੇ ਬੰਧਨ ਟੁੱਟ ਚੁੱਕੇ ਆ ਪ੍ਰਭੂ ਯਿਸੂ ਦੇ ਨਾਮ ਦੇ, ਅੱਜ ਤੁਹਾਡੇ ਚਿਹਰਿਆਂ ਦੇ ਹਾਸੇ ਆ ਚੁੱਕੇ ਹੈ, ਅੱਜ ਪਰਮੇਸ਼ੁਰ ਤੁਹਾਡਾ ਰੋਣਾ ਖੁਸ਼ੀ 'ਚ ਬਦਲ ਦਿੱਤਾ ਵੈ, ਅੱਜ ਪਰਮੇਸ਼ੁਰ ਤੁਹਾਡਾ ਰੋਣਾ ਖੁਸ਼ੀ 'ਚ ਬਦਲ ਦਿੱਤਾ ਵੈ, ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਬੰਧਨ ਟੁੱਟ ਚੁੱਕੇ ਹੈ, ਅੱਜ ਬੰਧਨ ਟੁੱਟ ਚੁੱਕੇ ਹੈ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਜਿਨ੍ਹਾਂ ਦੇ ਘਰ ਨਹੀਂ ਬਣੇ ਛੇਤੀ ਬਣਨ ਜਾ ਰਹੇ ਆ ਪ੍ਰਭੂ ਯਿਸੂ ਦੇ ਨਾਂ ਦੇ, ਜਿਨ੍ਹਾਂ ਦੀਆਂ ਨੌਕਰੀਆਂ 'ਤੇ ਨਹੀਂ ਮੈਨੂੰ ਨੌਕਰੀਆਂ ਲੱਗਣ ਜਾ ਰਹੀਆਂ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਜਿਨ੍ਹਾਂ ਦੇ ਬੱਚੇ ਬਾਹਰ ਜਾਣਾ ਚਾਹੁੰਦੇ ਜਾਣ, ਉਹਨਾਂ ਦੇ ਰਸਤੇ ਖੁੱਲ੍ਹ ਚੁੱਕੇ ਆ ਪ੍ਰਭੂ ਯਿਸੂ ਦੇ ਨਾਂ ਦੇ, ਜਿਨ੍ਹਾਂ ਦੇ ਸੰਯੋਗ ਬੰਨੇ ਅੱਜ ਖੁੱਲ੍ਹ ਚੁੱਕੇ ਆ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ, ਜਿਨ੍ਹਾਂ ਦੇ ਸੰਯੋਗ ਬੰਨੇ ਅੱਜ ਖੁੱਲ੍ਹ ਚੁੱਕੇ ਆ ਪ੍ਰਭੂ ਯਿਸੂ ਦੇ ਨਾਂ ਦੇ, ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਅੱਜ ਤੁਸੀਂ ਆਜ਼ਾਦ ਹੋ ਚੁੱਕੇ ਹੈ, ਤੁਹਾਡਾ ਸਦਾ ਦਾ ਛੁਟਕਾਰਾ ਹੋ ਚੁੱਕਿਆ ਵੈ, ਸਦਾ ਦਾ ਛੁਟਕਾਰਾ ਹੋ ਚੁੱਕਿਆ ਵੈ, ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਦੀ ਮਹਿਮਾ ਹੋ ਰਹੀ ਹੈ, ਤੁਹਾਡੀ ਯਿਸੂ ਦੀ ਮਹਿਮਾ ਤੁਹਾਡੀ ਘਰਾਂ ਦੇ ਵਿੱਚ ਹੋ ਰਹੀ ਹੈ, ਤੁਹਾਡੇ ਘਰਾਂ 'ਚ ਮਹਾਂ ਅਭਿਸ਼ੇਕ ਜਾ ਚੁੱਕਿਆ ਵੈ, ਤੁਹਾਡੇ ਬੱਚਿਆਂ 'ਤੇ ਮਹਾਂ ਅਭਿਸ਼ੇਕ ਆ ਚੁੱਕਿਆ ਵੈ, ਤੁਹਾਡੇ ਬੱਚਿਆਂ 'ਤੇ ਮਹਾਂ ਅਭਿਸ਼ੇਕ ਆ ਚੁੱਕਿਆ ਵੈ। ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਜੀ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ, ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ੁਰ ਜੀ, ਸੱਚਮੁੱਚ ਪ੍ਰਭੂ ਤੇਰਾ ਨੂੰ ਛੂ ਕੇ ਚੰਗਾ ਕੀਤਾ ਮੇਰੇ ਪਿਤਾ ਪਰਮੇਸ਼ੁਰ ਜੀ, ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਜੀ, ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ੁਰ, ਧੰਨਵਾਦ ਹੋ ਮੇਰੇ ਪ੍ਰਭੂ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਜੀ, ਪ੍ਰਭੂ ਅੱਜ ਦੇ ਦਿਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ, ਅੱਜ ਦੀਆਂ ਗਵਾਈਆਂ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ, ਅੱਜ ਦੇ ਵਚਨਾਂ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ, ਅੱਜ ਦੀ ਆਫਰੀ ਦੇ ਲਈ ਬੀਜ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ, ਪ੍ਰਭੂ ਜੀ ਨੇ ਜੋ ਬੀਜਿਆ ਪ੍ਰਭੂ ਤੂੰ ਜਾਣੀ ਜਾਣਾ ਮੇਰੇ ਪਿਤਾ ਪਰਮੇਸ਼ੁਰ ਜੀ, ਇਹਨਾਂ ਦੇ ਹੱਥਾਂ 'ਤੇ ਬਰਕਤ ਆਵੇ ਪ੍ਰਭੂ ਜੀ, ਇਹਨਾਂ ਦੇ ਘਰਾਂ 'ਚ ਬਰਕਤ ਆਵੇ ਮੇਰੇ ਪਿਤਾ ਪਰਮੇਸ਼ੁਰ ਜੀ, ਇਹਨਾਂ ਦੀ ਕਮਾਈ 'ਚ ਬਰਕਤ ਪਾਓ ਮੇਰੇ ਪਿਤਾ ਪਰਮੇਸ਼ੁਰ ਜੀ, ਪਹਿਲਾਂ ਥੋੜ੍ਹਾ ਹੀ ਦਿੱਤਾ ਥੋੜ੍ਹੇ 'ਚ ਵੀ ਬਰਕਤ ਪਾਓ ਮੇਰੇ ਪਿਤਾ ਪਰਮੇਸ਼ੁਰ ਜੀ, ਪ੍ਰਭੂ ਇਹਨਾਂ ਦਾ ਪੈਸਾ ਸ਼ੈਤਾਨ ਦੇ ਮੂੰਹ 'ਚ ਨਾ ਜਾਵੇ ਪ੍ਰਭੂ, ਇਹਨਾਂ ਦਾ ਪੈਸਾ ਨਸ਼ਿਆਂ 'ਤੇ ਨਾ ਜਾਵੇ ਪ੍ਰਭੂ, ਇਹਨਾਂ ਦਾ ਪੈਸਾ ਡਾਕਟਰਾਂ 'ਤੇ ਨਾ ਜਾਵੇ ਪ੍ਰਭੂ ਜੀ, ਇਹਨਾਂ ਦਾ ਪੈਸਾ ਤੇਰੇ ਚੰਗੀਆਂ ਕੰਮਾਂ 'ਤੇ ਲੱਗੇ ਪ੍ਰਭੂ, ਇਹ ਆਪਦੇ ਘਰਾਂ ਦੇ ਵਿੱਚ ਇਹਨਾਂ ਦੇ ਬਰਕਤ ਆਉਣ ਮੇਰੇ ਪਿਤਾ ਪਰਮੇਸ਼ੁਰ ਜੀ, ਜਿਹੜੀਆਂ ਚੀਜ਼ਾਂ ਦੀ ਇਹਨਾਂ ਨੂੰ ਭੁੱਖ ਹੈ ਪ੍ਰਭੂ ਜੀ, ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਮੇਰੇ ਪਿਤਾ ਪਰਮੇਸ਼ੁਰ ਜੀ, ਇਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਮੇਰੇ ਪਿਤਾ ਪਰਮੇਸ਼ੁਰ ਜੀ, ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਜੀ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ੁਰ ਜੀ, ਪ੍ਰਭੂ ਤੇਰੀ ਨਵੀਂ ਚਰਚ ਖੋਲ੍ਹੀ ਆ ਪ੍ਰਭੂ ਜੀ, ਪ੍ਰਭੂ ਉੱਥੇ ਵੱਡੇ ਵੱਡੇ ਕੰਮ ਹੋਣ ਪ੍ਰਭੂ, ਜਿਹੜੇ ਹੁਣ ਤੀਕਰ ਨਹੀਂ ਵੀ ਹੋਏ ਪ੍ਰਭੂ, ਉਹ ਵੀ ਉੱਥੇ ਕੰਮ ਹੋਣ ਮੇਰੇ ਪਿਤਾ ਪਰਮੇਸ਼ੁਰ ਜੀ, ਉੱਥੇ ਹੋਰ ਰੂਹਾਂ ਬਚਾਈਆਂ ਜਾਣ ਮੇਰੇ ਪਿਤਾ ਪਰਮੇਸ਼ੁਰ ਜੀ, ਪ੍ਰਭੂ ਤੂੰ ਆਖਿਆ ਵੈ ਤੁਹਾਡੀ ਅੰਸ਼ ਰੇਤ ਦੇ ਦਾਣਿਆਂ ਕੋ ਵਧੂਗੀ, ਹੇ ਮੇਰੇ ਪਿਤਾ ਪਰਮੇਸ਼ੁਰ, ਉਹ ਸਾਡੀ ਜ਼ਿੰਦਗੀ ਸ਼ਬਦ ਪੂਰੇ ਹੋਣ ਮੇਰੇ ਪਿਤਾ ਪਰਮੇਸ਼ੁਰ ਜੀ, ਸਾਡੀ ਕਲੀਸੀਆ ਪ੍ਰਭੂ ਰੇਤ ਦੇ ਦਾਣਿਆਂ ਕੋ ਵਧੇ ਮੇਰੇ ਪਿਤਾ ਪਰਮੇਸ਼ੁਰ ਜੀ, ਤੇਰਾ ਧੰਨਵਾਦ
ਕਰਦੀ ਹਾਂ ਪ੍ਰਭੂ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਪ੍ਰਭੂ ਜੀ। ਅੱਜ ਜੋ ਵੀ ਕਿਸੇ ਨੇ ਕੁਛ ਦਾਨ ਪੁੰਨ ਪਾਇਆ ਪ੍ਰਭੂ ਜੀ, ਉਹ ਤੂੰ ਜਾਣਦਾ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਜੋ ਵੀ ਰਸੋਈ 'ਚ ਬਣਿਆ ਮੇਰੇ ਪਿਤਾ ਪਰਮੇਸ਼ਵਰ ਜੀ, ਤਾਂ ਤੇਰਾ ਬਰਕਤ ਵਾਲਾ ਹੱਥ ਆਵੇ ਪ੍ਰਭੂ ਜੀ। ਉਹ ਜਿਹੜਿਆਂ ਖਜ਼ਾਨਿਆਂ 'ਚੋਂ ਪ੍ਰਭੂ ਭੋਜਨ ਬਣਿਆ ਪ੍ਰਭੂ ਜੀ, ਉਹ ਖਜ਼ਾਨਿਆਂ ਨੂੰ ਭਰਪੂਰ ਰੱਖੋ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਇਹਨਾਂ ਦੀਆਂ ਰਸੋਈਆਂ ਭਰੀਆਂ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ, ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਾ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਤੂੰ ਸਾਡੇ ਨਾਲ ਵਾਅਦਾ ਕੀਤਾ ਵੈ, ਤੁਹਾਡੀਆਂ ਰਸੋਈਆਂ ਭਰੀਆਂ ਰਹਿਣਗੀਆਂ, ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਆਊਗੀ। ਪ੍ਰਭੂ ਤੂੰ ਇੰਤਜ਼ਾਮੀ ਖਦਾ ਵੈ ਮੇਰੇ ਪਿਤਾ ਪਰਮੇਸ਼ਵਰ ਜੀ, ਤੂੰ ਹਰ ਇੱਕ ਦੀ ਪਿਰਤਪਾਲ ਕਰਦਾ ਮੇਰੇ ਪਿਤਾ ਪਰਮੇਸ਼ਵਰ ਜੀ। ਤੇਰਾ ਧੰਨਵਾਦ ਹੋ ਪ੍ਰਭੂ, ਧੰਨਵਾਦ ਹੋ ਪ੍ਰਭੂ ਜੀ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਸਾਰੀਆਂ ਗੱਲਾਂ ਬਾਤਾਂ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ, ਤੇਰੇ ਸਿੰਘਾਸਨ ਦੇ ਅੱਗੇ ਝੁਕਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਮੈਂ ਆਪਣੇ ਆਪ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ ਲੈ ਕੇ, ਆਪਦੀ ਕਲੀਸੀਆ ਨੂੰ ਲੈ ਕੇ, ਪ੍ਰਭੂ ਇਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਤੇਰੇ ਸਿੰਘਾਸਨ ਦੇ ਅੱਗੇ ਝੁਕਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ, ਤੇਰੇ ਲਹੂ 'ਚ ਕਵਰ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਤੇਰੇ ਸਵਰਗ ਦੂਤਾਂ ਦਾ ਵਾੜਾ ਲੱਗਾ ਰਹੇ ਮੇਰੇ ਪਿਤਾ ਪਰਮੇਸ਼ਵਰ ਜੀ, ਇਹਨਾਂ ਦੇ ਘਰਾਂ 'ਤੇ ਤੇਰੇ ਸਵਰਗ ਦੂਤਾਂ ਦਾ ਵਾੜਾ ਲੱਗੇ ਪ੍ਰਭੂ ਜੀ। ਹੇ ਮੇਰੇ ਪਿਤਾ ਪਰਮੇਸ਼ਵਰ, ਤੇਰੇ ਲਹੂ ਦੇ ਵਿੱਚ ਛਪਾ ਦਿੰਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਕੋਈ ਵੀ ਬਾਹਰੋਂ ਪ੍ਰਭੂ ਕੋਈ ਮਾੜੀ ਚੀਜ਼ ਇਹਨਾਂ ਦੇ ਘਰਾਂ 'ਚ ਆਵੇ ਪ੍ਰਭੂ ਜੀ, ਕੋਈ ਜਾਦੂ ਟੂਣੇ ਨਾ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਤੇਰੇ ਨਾਂ ਦੇ ਵਿੱਚ ਸੜ ਕੇ ਸਵਾਹ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ, ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਪ੍ਰਭੂ, ਧੰਨਵਾਦ ਹੋ ਪ੍ਰਭੂ। ਆਮੀਨ, 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 ਹਾਲੇਲੂਯਾ, ਹਾਲੇਲੂਯਾ, ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਧੰਨਵਾਦ ਹੋ ਪ੍ਰਭੂ, ਧੰਨਵਾਦ।